नमस्कार, चमकदे सितारे प्रोग्राम तुहाडा स्वागत है। मैं हाँ दविंदर वर्मा। डेट ऑफ बर्थ ते टाइम तुरंत तुहाडी समस्या का हल। हैलो, हाँ जी, डेट ऑफ टाइम बोलो जी। 24/7/1975 जन्म दा टाइम जी 9:45 रात दे। केड़ी जगह तो बोलते हो? दिल्ली तो। 9:45 रात दे। हाँ जी हाँ जी, की पूछना चाहते हो जी? पंडित जी, मैं ना 10 साल हो गए कॉस्मेटिक दी शॉप खोली है। अच्छा जी। ते मैं उसको भी थल्ले ही जाई जा रही है, तरक्की नहीं हो पा रही है मेरी और मेरी तबीयत भी खराब रहती है बहुत। किन्ने साल हो गए पाई नू दुकान नू? 10 साल हो गए। ते काम खराब तुहाडा 2018 तो शुरू होया या 14 तो शुरू, 15 तो होया? 2012 तो ज्यादा होया वैसे तो। 12 तो नहीं होना चाहिए जी, 14 तो होना चाहिए। हाँ जे जी, 12 तो होया तो फिर जगह बदलनी चाहिए सी कोई, अच्छा जी, या तो कोई जगह बदली है ता खराब उदो होना चाहिए मकान या दुकान। हाँ जी मकान बदलिया सी। हाँ मैं तुम्हें दसी है ना, जो कुछ हुंदा है तुसी की है, हाँ जी पहली गल तो यह है कि धार्मिक स्थान ते चीनी दान देनी है शुक्रवार नू, अच्छा जी, सिर ढक के रखना धुप दे विच, अच्छा जी, जन्मदिन सेम डे दे विच नहीं मनाना, हाँ जी ते उस तो बाद तुसी मैनू मिलना जरूर है। ठीक है पंडित जी। ते ऐ काम करा की करा हुण पंडित जी। देखो मेरी गल सुन लो, मैं तुहानू एक कंडीशन दसदी कित्थों की होया सी, ਉਹਦਾ ਬੈਠ ਕੇ ਹੱਲ ਕਰੋਗੇ। ਦੇਖੋ ਕੰਮ ਹੋਰ ਕਿਤੇ ਕਰ ਲੋਗੇ, ਗੱਲ ਤਾਂ ਉਹੀ ਆ ਗਈ, ਜਿਹੜਾ ਹਾਂਜੀ ਟਾਈਮ ਵਕਤ ਮਾੜਾ ਚੱਲਦਾ ਉਹਨੂੰ ਠੀਕ ਕਿੱਦਾਂ ਕੀਤਾ ਜਾਊਗਾ, ਹਾਂਜੀ ਉਹਨੂੰ ਆਪਾਂ ਸੈੱਟ ਕਰਾਂਗੇ, ਸਹੀ ਹੋ ਜਾਊਗਾ, ਕੋਈ ਟੈਨਸ਼ਨ ਵਾਲੀ ਗੱਲ ਨਹੀਂ। ਲੇਕਿਨ ਉਹਦੇ ਪਿੱਛੇ ਪੰਡਿਤ ਬੈਠਣਾ ਜੀ, ਪੈਣਾ, ਮੈਂ ਤੁਹਾਨੂੰ ਕੁਝ ਗੱਲਾਂ ਪੁੱਛੂਗਾ, ਸਮਝਾਊਂਗਾ, ਤੁਸੀਂ ਸਿਰ ਢੱਕ ਕੇ ਰੱਖਣਾ ਧੁੱਪ ਦੇ ਵਿੱਚ, ਹਾਂਜੀ ਜਨਮਦਿਨ ਸੇਮ ਡੇ ਦੇ ਵਿੱਚ ਨਹੀਂ ਮਨਾਉਣਾ, ਛੋਟੇ ਛੋਟੇ ਹਾਂਜੀ। ਮੈਂ ਤੁਹਾਨੂੰ ਉਪਾਅ ਦੱਸਤੇ, ਚੀਨੀ ਦਾਨ ਦੇਣੀ ਧਾਰਮਿਕ ਸਥਾਨ ਤੇ ਸ਼ੁੱਕਰਵਾਰ ਨੂੰ, ਤੇ ਕਿੰਨੀ ਚੀਨੀ ਦੇਣੀ ਹੈ ਪੰਡਿਤ ਜਿੰਨਾ ਜੀ? ਜੀ ਕਰੇ। ਅੱਛਾ ਜੀ, ਤੁਸੀਂ ਸਾਨੂੰ ਗੁਰਦੁਆਰੇ ਮਿਲਣਾ, ਘਰ ਦਿੱਲੀ ਮਿਲਣਾ ਹੋਵੇ ਤੇ ਆਪਦਾ ਨੰਬਰ ਲਿਖਾ ਦਿਓ, ਜਦੋਂ ਅਸੀਂ ਆਵਾਂਗੇ ਤੁਹਾਨੂੰ ਦੱਸ ਦਾਂਗੇ, ਕਿਉਂਕਿ ਦਿੱਲੀ ਦਾ ਹਲੇ ਸਾਡਾ ਵਿੱਚੇ ਬਣ ਜਾਂਦਾ, ਕਿਉਂਕਿ ਅਸੀਂ ਸੋਮ ਮੰਗਲਵਾਰ ਆਉਣਾ ਸੀ, ਅਸੀਂ ਕੈਂਸਲ ਕਰਤਾ ਸੀ, ਅੱਛਾ ਜੀ, ਠੀਕ ਹੈ ਜੀ, ਇਸ ਕਰਕੇ ਹੁਣ ਅਸੀਂ ਦੇਖਦੇ ਪਏ ਹਾਂ, ਔਰ ਆਉਣਾ ਅਸੀਂ ਤਿਲਕ ਨਗਰ ਦੇ ਨੇੜੇ ਤੇੜੇ ਹੀ ਹੈ, ਕਿਉਂਕਿ ਅੱਛਾ ਜੀ, ਸਾਨੂੰ ਕੋਈ ਵਧੀਆ ਟਿਕਾਣਾ ਹੋਵੇ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਨੀਚੇ ਹੀ ਹੋਵੇ, ਕਿਸੇ ਨੂੰ ਵੀ ਆਉਣਾ ਉਹਨੂੰ ਦਿੱਕਤ ਨਾ ਹੋਵੇ। ਇਹ ਪੰਡਿਤ ਜੀ ਮਕਾਨ ਵੇਚਣਾ ਚਾਹ ਰਹੇ ਹਾਂ ਅਸੀਂ, ਵਿਕ ਨਹੀਂ ਰਿਹਾ। ਮੇਰੇ ਨਾਲ ਉਦੋਂ ਗੱਲ ਕਰੀਓ, ਬਹੁਤ ਕੰਮ ਖਰਾਬ ਹੈ ਤੁਹਾਡੇ, ਮੈਂ ਸਾਰਾ ਦੱਸੂਗਾ ਤੁਹਾਨੂੰ ਕੀ ਹੋਣਾ। ਜੈ ਸ਼੍ਰੀ ਰਾਮ। ਹੈਲੋ, ਹੈਲੋ, ਹਾਂਜੀ ਹਾਂਜੀ, ਰਾਮ ਰਾਮ ਬੰਦੇ ਜੀ। ਰਾਮ ਰਾਮ ਜੀ, ਡੇਟ ਔਫ ਟਾਈਮ ਬੋਲੋ। ਬੰਦੇ ਜੀ ਮਕਾਨ ਬਾਰੇ ਪੁੱਛਣਾ ਸੀ, ਸਾਡਾ ਨਾ ਮਕਾਨ ਬੜਾ ਪੁਰਾਣਾ ਹੋ ਗਿਆ ਹੈ, ਕਦ ਤੱਕ ਬਣੇਗਾ? ਡੇਟ ਔਫ ਟਾਈਮ, ਡੇਟ ਔਫ ਸਾਡਾ ਟਾਈਮ ਬੋਲੋ। ਹਾਂਜੀ 22 ਮਈ 1972 ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਪੈਰੇ ਕੋਈ ਜਮਨਾ ਨਗਰ ਤੋਂ। ਇੱਕ ਮਿੰਟ, ਇੱਕ ਮਿੰਟ ਜੀ, ਇੱਕ ਮਿੰਟ, 22 ਮਈ ਹਾਂਜੀ 1972 ਜਨਮ ਦਾ ਟਾਈਮ? 1 ਵਜੇ ਦੁਪਹਿਰੇ। ਹੈਲੋ, ਇੱਕ ਮਿੰਟ ਜੀ, ਟੀਵੀ ਤੋਂ ਦੂਰ ਰਹੋ, ਕੋਈ ਨੀ, ਹੈਲੋ, ਇੱਕ ਮਿੰਟ ਜੀ, ਇੱਕ ਮਿੰਟ, ਜਿਹੜਾ ਮਕਾਨ ਤੁਹਾਡਾ ਆ ਤੁਸੀਂ ਕੋਸ਼ਿਸ਼ ਕਰਦੇ ਕਰਦੇ ਰਹਿ ਜਾਂਦੇ ਹੋ, ਲੇਕਿਨ ਬਣੂਗਾ 2021 ਦੇ ਵਿੱਚ। ਤੇ ਪੰਡਿਤ ਜੀ ਪਲਾਂਟ ਇੱਕ ਪਿਆ ਸਾਡਾ, ਉਹ ਵਿਕਦਾ ਨਹੀਂ ਪਿਆ, ਸਾਰਾ ਪੈਸਾ ਉਹਨੇ ਇਨਵੈਸਟ ਹੋ ਗਿਆ, ਉਹਦੇ ਨਾਲ ਹੀ ਸਾਡਾ ਮਕਾਨ ਬਣੇਗਾ। ਦੇਖੋ ਤੁਹਾਡੀ ਚੀਜ਼ ਜਦੋਂ ਤੁਸੀਂ ਕੋਈ ਵੀ ਚੀਜ਼ ਵੇਚਣ ਦੀ ਕੋਸ਼ਿਸ਼ ਕਰਦੇ ਹੋ, ਆਲੇ ਦੁਆਲੇ ਸਭ ਕੁਝ ਵਿਕ ਜਾਊਗਾ, ਤੁਹਾਡਾ ਪਲਾਟ ਰੁਕ ਜਾਂਦਾ। ਹਾਂਜੀ ਪੰਡਿਤ ਜੀ, ਤੁਸੀਂ ਆਪਦਾ ਪਲਾਟ ਕਿਸੇ ਨੂੰ 10-20 ਰੁਪਏ 'ਚ ਵੇਚ ਦਿਓ, ਮੂੰਹ ਜਵਾਨੀ, ਹਾਂਜੀ, ਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਹਦਾ ਗਾਹਕ ਆ ਜਾਊਗਾ, ਨਹੀਂ ਤਾਂ ਨਹੀਂ। ਅੱਛਾ ਜੀ, ਜੈ ਸ਼੍ਰੀ ਰਾਮ। ਮਕਾਨ, ਹੈਲੋ, ਹੈਲੋ, ਹਾਂ ਜੀ, ਰਾਮ ਰਾਮ ਪੰਡਿਤ ਡੇਟ ਔਫ ਟਾਈਮ ਬੋਲੋ ਜੀ। ਜੀ 31/3 31/3 ਹਾਂਜੀ 89 ਜਨਮ ਦਾ ਟਾਈਮ? ਜਨਮ ਦਾ ਟਾਈਮ 11:17 ਰਾਤ ਦਾ, 11:17। ਹਾਂਜੀ, ਕੀ ਪੁੱਛਣਾ ਜੀ? ਉਹ ਬਾਹਰ ਦਾ ਬਣਾਉਂਦਾ ਪਿਆ ਵਾ, ਬਣਦਾ ਨੀ ਹੈਗਾ, 4-5 ਸਾਲ ਹੋ ਗਏ ਆ। 11:17 ਰਾਤ ਦੇ ਜੀ? ਹਾਂਜੀ, ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਦਸੂਹੇ ਤੋਂ ਬੋਲਦੇ ਆ। ਕੀ ਕਰਦਾ ਬੱਚਾ? ਉਹ ਤਾਂ ਹੁਣ ਕੁਛ ਨੀ ਕਰਦਾ ਹੈਗਾ, ਅੱਗੇ ਜੋਬ ਕਰਦਾ ਸੀ, ਪ੍ਰਾਈਵੇਟ, ਹੁਣ ਫ੍ਰੀ ਆ। ਹਾਂਜੀ, ਹੈਲੋ, ਇੱਕ ਮਿੰਟ ਜੀ,
ਹਾਂਜੀ ਦੇਖੋ ਜੀ ਪੈਸਾ ਨਾ ਖਰਾਬ ਕਰ ਬੈਠਿਓ 10ਵੇਂ ਮਹੀਨੇ ਤੱਕ ਆਪਦੇ ਆਪ ਬੱਚਾ ਕੋਸ਼ਿਸ਼ ਕਰੇ ਤੇ ਬਾਹਰ ਜਾਊਗਾ ਕਿਸੇ ਮਗਰ ਨਾ ਲੱਗੇ ਵੀ ਜਿੱਦਾਂ ਏਜੰਟ ਦੇ ਥਰੂ ਆਪਾਂ ਪੈਸੇ ਪਹਿਲੇ ਦੇ ਦਿੰਦੇ ਹਾਂ ਹਾਂਜੀ ਠੀਕ ਹੈ ਜੀ ਕਾਲੇ ਮਾਂ ਧਾਰਮਿਕ ਹਾਂਜੀ ਉਹ ਪਹਿਲਾਂ ਖਰਾਬ ਹੋ ਚੁੱਕੇ ਪੈਸੇ ਮੈਂ ਤੁਹਾਨੂੰ ਕਹਿੰਦਾ ਹੋ ਹੀ ਜਾਣੇ ਆ ਆਪਦੇ ਆਪ ਭੱਜਾ ਨੱਠੀ ਕਰੇ ਗੱਲ ਬਣ ਜਾਊਗੀ ਬਹੁਤੀ ਕੋਈ ਸਲਾਹ ਸਲੂਹ ਪੁੱਛਣੀ ਹੈ ਮੈਨੂੰ ਇੱਕ ਵਾਰੀ ਮਿਲ ਲਵੇ ਹਰੀ ਮੂੰਗੀ ਧਾਰਮਿਕ ਸਥਾਨ ਤੇ ਦਾਨ ਦੇਣੀ ਕਾਲੇ ਮਾਂ ਸ਼ਨੀਵਾਰ ਨੂੰ ਹਰੀ ਮੂੰਗੀ ਬੁੱਧਵਾਰ ਨੂੰ ਰੋਟੀ ਜਿੱਥੇ ਬੰਦੀ ਬੈਠ ਕੇ ਖਾਣੀ ਜਲਦਬਾਜ਼ੀ ਨਹੀਂ ਕਰਨੀ ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ ਚਾਂਦੀ ਦਾ ਬਗੈਰ ਜੋੜ ਤੋਂ ਛੱਲਾ ਪਾਣਾ ਜੈ ਸ਼੍ਰੀ ਰਾਮ ਹੈਲੋ ਹੈਲੋ ਨਮਸਕਾਰ ਪੰਡਿਤ ਜੀ ਹਾਂਜੀ ਡੇਟ ਔਰ ਟਾਈਮ ਬੋਲੋ ਜੀ ਸਰ 8 ਅਕਤੂਬਰ 8 ਅਕਤੂਬਰ ਰਾਤ ਨੂੰ ਮਤਲਬ 12 ਤੋਂ 12:30 ਦੇ ਵਿੱਚ ਜੀ 1991 ਰਾਤ ਨੂੰ 12:30 ਵਜੇ ਹਾਂਜੀ ਸਰ ਭਤੀਜਾ ਜੀ ਇਹਨਾਂ ਨੂੰ ਕੋਈ ਵੀ ਕੰਮ ਨਹੀਂ ਬਣ ਰਿਹਾ ਹੈਗਾ ਨਾ ਮੈਰਿਜ ਦਾ ਬਣ ਰਿਹਾ ਨਾ ਕੋਈ ਕਾਰੋਬਾਰ ਬਣ ਰਿਹਾ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਸਰ ਗੁਰਦਾਸਪੁਰ ਤੋਂ ਬੋਲ ਰਿਹਾ ਇਹਨੂੰ ਚੰਗੇ ਮਾੜੇ ਬੰਦੇ ਦੀ ਪਹਿਚਾਣ ਹੈ ਨਹੀਂ ਗੀ ਬੱਚੇ ਨੂੰ ਅੱਛਾ ਜੀ ਪਿਆਰ ਨਾਲ ਕੰਮ ਜਿੰਨਾ ਮਰਜ਼ੀ ਲੈ ਲਓ ਹਾਂਜੀ ਹਾਂਜੀ ਜੂਨ ਤੋਂ ਬਾਅਦ ਇਹਦੇ ਸਾਰੇ ਕੰਮ ਸਹੀ ਹੋਣੇ ਆ ਅੱਛਾ ਜੀ ਤੇ ਇਹਦੀ ਮਾਂ ਨਾਰੀਅਲ ਜਲ ਪ੍ਰਵਾਹ ਕਰੇ ਅੱਛਾ ਜੀ ਕਿਸੇ ਲੜਕੀਆਂ ਦੇ ਬਾਰੇ ਨਾ ਸੋਚੇ ਅੱਛਾ ਜੀ ਤੇ ਮਤਲਬ ਵਿਆਹ ਕਦੋਂ ਤੱਕ ਇਸ ਬੱਚੇ ਦਾ ਵਿਆਹ ਦਾ ਯੋਗ ਤਾਂ ਤਿਆਰ ਪਿਆ ਜੀ ਪਰ ਪਹਿਲੇ ਕੰਮ ਜੇ ਸੈਟਿੰਗ ਕਰਨੀ ਹੈ ਤੇ ਵਿਆਹ ਹੋ ਜਾਊਗਾ ਕੋਈ ਦਿੱਕਤ ਨਹੀਂ ਹੈਗੀ ਅੱਛਾ ਜੀ ਤੇ ਕੰਮ ਦੀ ਸੈਟਿੰਗ 6ਵੇਂ ਮਹੀਨੇ ਤੋਂ ਬਾਅਦ ਹੋ ਜਾਊਗੀ 6ਵੇਂ ਮਹੀਨੇ ਤੋਂ ਬਾਅਦ ਚੰਗੀ ਕੁੜੀ ਲੱਭ ਗਈ ਦੇਖੋ ਜੀ ਇੱਥੇ ਜੇ ਚੰਗੀ ਤੇ ਮਾੜੀ ਨਾਲ ਵਿਆਹ ਕੌਣ ਕਰਾਊਗਾ ਇਹ ਤਾਂ ਟੇਵਾ ਮੇਲ ਨਾਲ ਹੁੰਦਾ ਉਦੋਂ ਪਤਾ ਲੱਗਦਾ ਚੰਗੀ ਹੈ ਕਿ ਮਾੜੀ ਹੈ ਜੈ ਸ਼੍ਰੀ ਰਾਮ ਹੈਲੋ ਹੈਲੋ ਡੇਟ ਔਰ ਟਾਈਮ ਬੋਲੋ ਜੀ 1997 ਲੜਕਾ ਜੀ ਲੜਕੀ ਦੇਖੋ ਜੀ ਯੋਗ ਤਾਂ ਤੁਹਾਡਾ ਪਿਛਲੇ ਟਾਈਮ ਤੋਂ ਚੱਲੀ ਜਾਂਦਾ ਪਰ ਤੁਹਾਨੂੰ ਇਹ ਨਾ ਭੱਜ ਨੱਠ ਕਰਨੀ ਪੈਣੀ ਹੈ ਜਾਂ ਤੁਸੀਂ ਇੱਕ ਕੰਮ ਹੋਰ ਕਰੋ ਹਾਂਜੀ ਤੁਹਾਡੇ ਦਰਵਾਜੇ ਦੇ ਸਾਹਮਣੇ ਬਿਲਕੁਲ ਕੋਈ ਦਰਵਾਜਾ ਤਾਂ ਨਹੀਂ ਖੁੱਲਦਾ ਕਿਸ ਦਾ ਗੇਟ ਮੈਂ ਅਮਨੋ ਸਾਹਮਣੇ ਦੀ ਗੱਲ ਕੀਤੀ ਮੈਂ ਖੁੱਲੇ ਦੀ ਨਹੀਂ ਗੱਲ ਕੀਤੀ ਬੰਦ ਦੀ ਨਹੀਂ ਗੱਲ ਕੀਤੀ ਤੁਸੀਂ ਦੇਖਦੇ ਹੋ ਗੱਲਬਾਤ ਚੱਲਦੀ ਨਹੀਂ ਕਿਤੇ ਤੁਸੀਂ ਹੰਭ ਗਏ ਹੋ ਜਾਊਗਾ ਟੈਨਸ਼ਨ ਨਾ ਲਓ ਇੱਕ ਵਾਰੀ ਮੇਰੇ ਨਾਲ ਦਿਨ ਦੇ ਟਾਈਮ ਗੱਲ ਕਰ ਲਈਓ ਕੋਈ ਪੈਸੇ ਫੀਸ ਨਹੀਂ ਲੱਗਣੀ ਜੈ ਸ਼੍ਰੀ ਰਾਮ ਕੱਲ ਨੂੰ ਹੈਲੋ ਹੈਲੋ ਮੈਂ ਇਹ ਦੱਸਣਾ ਚਾਹੁੰਦਾ ਜਦੋਂ ਕਿਸੇ ਦੀ ਕਾਲ ਲੱਗਦੀ ਟੀਵੀ ਤੋਂ ਦੂਰ ਰਹਿਣਾ ਹੈਲੋ ਕਿਉਂਕਿ ਟੀਵੀ ਦੇ ਨੇੜੇ ਆ ਗਈ ਤਾਂ ਕਾਲ ਕੱਟੀ ਜਾਣੀ ਹੈ ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਹੈ ਹਰ ਇੱਕ ਬੰਦਾ ਜਿੰਨੇ ਤੁਹਾਡੇ ਕੋਲ ਤੁਹਾਡੇ ਵਾਕਫ ਹੈ ਯੂਟਿਊਬ ਦੇ ਉੱਪਰ ਸਾਡਾ ਚੈਨਲ ਜ਼ਰੂਰ ਦੇਖਿਆ ਕਰੋ ਤਾਂ ਕਿ ਹਰ ਇੱਕ ਬੰਦਾ ਕਿਤੇ ਬੈਠਾ ਹੋਵੇ ਉਹਨੂੰ ਯਾਦ ਵੀ ਹੋਵੇ ਇੱਕ ਦੂਜੇ ਤੋਂ ਅੱਗੇ ਤੁਸੀਂ ਦੱਸ ਦਿਓ ਤਾਂ ਕਿ ਲੋਕ ਪ੍ਰੋਗਰਾਮ ਦੇਖ ਸਕਣ ਹੈਲੋ ਹੈਲੋ ਹਾਂਜੀ ਵੀਰ ਜੀ ਹਾਂਜੀ 7/12/1989 ਹਾਂਜੀ ਜਨਮ ਦਾ ਟਾਈਮ ਮੇਰਾ ਜੀ ਹੈਗਾ 7/12/1989 9:15 ਸਵੇਰ ਦਾ ਹਾਂਜੀ ਕੀ ਪੁੱਛਣਾ ਜੀ ਮੈਂ ਜੀ ਬਾਹਰ ਦਾ ਬਣਾਉਣਾ ਚਾਹ ਰਿਹਾ ਜੀ ਮੈਂ ਬਾਹਰ ਦਾ ਕੰਮ ਨਹੀਂ ਬਣ ਰਿਹਾ ਤੇ ਮੇਰਾ ਸਾਰਾ ਬਿਜ਼ਨਸ ਵਗੈਰਾ ਚੌਪਟ ਹੋ ਗਿਆ ਤੇ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਮੈਂ ਜੀ ਲਖਨਊ ਤੋਂ ਕੀ ਕੰਮ ਕੀ ਕਰਦੇ ਹੋ ਮੇਰਾ ਜੀ ਫਿਲਮ ਪ੍ਰੋਡਕਸ਼ਨ ਦਾ ਕੰਮ ਸੀਗਾ ਤੇ ਆਪਣੀ ਦੁਕਾਨ ਵੀ ਸੀਗੀ ਉਹ ਵੀ ਬੰਦ ਹੋ ਗਈ ਤੇ ਪ੍ਰੋਡਕਸ਼ਨ ਦਾ ਕੰਮ ਕਰਦਾ ਸੀ ਉਹ ਵੀ ਸਾਰਾ ਕੰਮ ਬੰਦ ਹੋ ਜਾਵੇ ਜੀ ਅੱਛਾ ਜੀ ਉਹ ਕੰਮ 2018 ਤੋਂ ਬੰਦ ਹੋਇਆ ਜਾਂ 2010 ਤੋਂ ਬੰਦ ਹੋਣੇ ਸ਼ੁਰੂ ਹੋ ਗਏ ਸੀ ਕੰਮ 2010 ਤੋਂ ਤੁਸੀਂ ਦੇਖੋ ਵੀਰ ਜੀ ਗੁੱਸਾ ਕਰੀਓ ਨਾ ਲੰਮੀ ਤੁਹਾਡੀ ਹਿਸਟਰੀ ਹੈ ਪਤਾ ਨਹੀਂ ਕਿੰਨੇ ਕੁ ਬੰਦਿਆਂ ਨੂੰ ਤੁਸੀਂ ਹੀਰੋ ਬਣਾਤਾ ਕਰੋੜਪਤੀ ਬਣਾਤਾ ਲੇਕਿਨ ਤੁਸੀਂ ਸਭ ਤੋਂ ਥੱਲੇ ਆ ਗਏ ਜੀਰੋ ਠੀਕ ਹੈ ਜੀ ਤੁਸੀਂ ਮੈਨੂੰ ਆਣ ਕੇ ਮਿਲਣਾ ਹੈ ਜਾਂ ਦਿਨ ਦੇ ਟਾਈਮ ਪੈਸੇ ਪੇ ਕਰਕੇ ਗੱਲ ਹੋਊਗੀ
ਲੰਬੀ ਗੱਲ ਹੋਊਗੀ, ਕੰਮ ਬਣਨੇ ਸ਼ੁਰੂ ਹੋ ਜਾਊਗੇ। ਲੇਕਿਨ ਹੁਣ ਤੁਹਾਡਾ ਜਿੱਦਾਂ ਦਾ ਮੈਂ ਤੁਹਾਨੂੰ ਉਪਾਅ ਦੱਸੂਗਾ ਤੁਸੀਂ ਕਰਨੇ, ਤੁਹਾਨੂੰ ਫਾਇਦਾ ਹੋਊਗਾ। ਕੁੱਤੇ ਨੂੰ ਪਤਲਾ ਦੁੱਧ ਕਰਕੇ ਪਿਆਣਾ, ਸੂਰੀ ਨੂੰ ਜਲ ਦੇਣਾ, ਜਲਦਬਾਜ਼ੀ ਨਹੀਂ ਕਰਨੀ ਕਿਸੇ ਕੰਮ 'ਚ। ਓਮ ਨਮੋ ਸ਼ਿਵ ਦਾ ਜਾਪ ਕਰਨਾ, ਚਾਵਲ ਧਾਰਮਿਕ ਸਥਾਨ ਤੇ ਸੋਮਵਾਰ ਨੂੰ ਹਰ ਮਹੀਨੇ ਦਾਨ ਦੇਣੇ, ਠੀਕ ਹੈ ਜੀ। ਔਰ ਲਾਲ ਰੁਮਾਲ ਸੂਤੀ ਆਪਦੀ ਜੇਬ 'ਚ ਰੱਖਣਾ, ਲਾਲ ਰੁਮਾਲ ਸੂਤੀ, ਸੂਤੀ ਮਲਮਲ ਦਾ ਕੱਪੜਾ, ਠੀਕ ਹੈ ਜੀ। ਔਰ ਬਾਹਰ ਜਾਣ ਦੀ ਗੱਲ ਰਹਿ ਗਈ, ਇੱਥੇ ਸੈਟਿੰਗ ਦੀ ਰਹਿ ਗਈ, ਸਭ ਕੁਛ ਕਰਾ ਦੂੰਗਾ, ਟੈਨਸ਼ਨ ਨਹੀਂ ਲੈਣੀ। ਪਰ ਜਦੋਂ ਜਿੱਦਾਂ ਅਪਾਏ ਕਰੀ ਜਾਓਗੇ, ਤੁਹਾਨੂੰ ਤੁਹਾਡੇ ਸਾਹਮਣੇ ਰਸਤਾ ਆਪਣੇ ਆਪ ਨਜ਼ਰ ਆ ਜਾਊ। ਕਿਉਂਕਿ ਕਈ ਗੱਲਾਂ ਹੁੰਦੀਆਂ ਬੈਠ ਕੇ ਲੰਮੀਆਂ ਕਰਨ ਵਾਲੀਆਂ, ਮੈਂ ਤੁਹਾਨੂੰ ਮਾੜਾ ਜਿਹਾ ਅੱਖਾਂ ਪੂੰਝਦਾ, ਉਹਦਾ ਕੋਈ ਮਜ਼ਾ ਨਹੀਂ ਆਉਣਾ। ਤੁਹਾਨੂੰ 9 ਸਾਲ ਹੋ ਗਏ ਪਰੇਸ਼ਾਨ ਹੁੰਦਿਆਂ ਨੂੰ, ਤੇ ਮੈਂ ਇਹ ਚਾਹੁੰਦਾ ਕਿ ਤੁਸੀਂ ਇੱਥੇ ਵੀ ਤੇ ਬਾਹਰ ਵੀ ਜਾਓ ਤੇ ਹੀਰੋ ਹੋ ਜਾਓ। ਜੈ ਸ਼੍ਰੀ ਰਾਮ। ਹੈਲੋ ਹੈਲੋ, ਹਾਂਜੀ, ਡੇਟ ਟਾਈਮ ਬੋਲੋ ਜੀ। ਹਾਂਜੀ, 2 ਮਾਰਚ 1996, ਡੇ ਟਾਈਮ ਆ ਜੀ 3:01। ਟਾਈਮ ਜੀ 3:01 ਜੀ, ਦਿਨ ਦਾ। ਹਾਂਜੀ, ਕੀ ਪੁੱਛਣਾ ਜੀ? ਹਾਂਜੀ, ਮੈਂ ਸਰ ਆਪਣੇ ਕੰਮ ਬਾਰੇ ਪੁੱਛਣਾ ਜੀ, ਕੰਮ ਦੀ ਨਾ ਸੈਟਿੰਗ ਨਹੀਂ ਆ ਰਹੀ ਮੇਰੀ। ਕੀ ਕਰਦੇ ਹੋ? ਮੈਂ ਫਿਲਹਾਲ ਜੀ ਮੈਟਰੋ 'ਚ ਪ੍ਰਾਈਵੇਟ ਜੋਬ ਕਰਦਾ ਜੀ, ਚੇਨ ਪਲਾਂਟ ਦੇ ਵਿੱਚ। ਪਹਿਲੇ ਨੰਬਰ ਤੇ ਇਹ ਹੈ ਕਿ ਸਿਰ ਤੁਸੀਂ ਢੱਕ ਕੇ ਰੱਖਣਾ, ਧੁੱਪ ਦੇ ਵਿੱਚ ਜਲਦਬਾਜ਼ੀ ਨਹੀਂ ਕਰਨੀ। ਓਕੇ ਜੀ। ਕੰਮ ਜੋ ਵੀ ਮਿਲਦਾ ਛੋਟਾ ਮੋਟਾ ਆਪਦਾ ਕਰੋ, ਠੀਕ ਹੈ ਜੀ? ਆਪਣਾ ਕੰਮ ਕਰੀਏ, ਆਪਦਾ ਕੰਮ ਕਰੋ, ਬੇਸ਼ੱਕ ਤੁਹਾਨੂੰ ਕਾਗਜ਼ ਚੱਕਣੇ ਪੈ ਜਾਣ, ਠੀਕ ਹੈ ਜੀ? ਬਹੁਤ ਮਿਹਨਤੀ ਹੈਗੇ ਹੋ, ਹਾਂਜੀ, ਠੀਕ ਹੈ ਜੀ। ਕਾਲੀਆਂ ਐਨਕਾਂ ਜ਼ਿਆਦਾ ਲਗਾਉਣੀਆਂ, ਕੱਪੜੇ ਵਧੀਆ ਪਾਣੇ, ਠੀਕ ਹੈ ਜੀ। ਲੜਾਈ ਝਗੜੇ ਤੋਂ ਦੂਰ ਰਹਿਣਾ, ਠੀਕ ਹੈ ਜੀ। ਰੋਟੀ ਰਸੋਈ 'ਚ ਖਾਣੀ, ਠੀਕ ਹੈ ਜੀ। ਚਾਵਲ ਕੱਚੇ ਦੁੱਧ 'ਚ ਛਾਵੇਂ ਸੁਕਾ ਕੇ ਆਪਦੇ ਕੋਲੇ ਰੱਖਣੇ, ਠੀਕ ਹੈ ਜੀ। ਕਿਸੇ ਜਲਦਬਾਜ਼ੀ 'ਚ ਕਿਸੇ ਨੇ ਕਦਮ ਨਹੀਂ ਚੱਕਣਾ, ਕੋਈ ਕਿਸੇ ਨੇ ਪੈਸਾ ਪਹਿਲੇ ਐਡਵਾਂਸ ਨਹੀਂ ਦੇਣਾ ਕਿਸੇ ਚੀਜ਼ ਦਾ, ਠੀਕ ਹੈ ਜੀ। ਇਹ ਧਿਆਨ ਰੱਖਿਓ, ਠੀਕ ਹੈ। ਤੇ ਇੱਕ ਵਾਰੀ ਆਪਦਾ ਕੰਮ ਕੁੰਮ ਚਲਾ ਕੇ ਫਿਰ ਮੈਨੂੰ ਤੁਸੀਂ ਮਿਲਿਓ, ਫਿਰ ਮਾੜਾ ਮੋਟਾ ਤੁਹਾਨੂੰ ਮੈਂ ਦੱਸੂ ਕੀ ਕਰਨਾ। ਉਸ ਤੋਂ ਬਾਅਦ ਤੁਸੀਂ ਪਿੱਛੇ ਮੁੜ ਕੇ ਨਹੀਂ ਦੇਖੋਗੇ, ਅਗਲੇ ਆਜ ਹੁਣ ਜਿਹੜਾ 10ਵਾਂ ਮਹੀਨਾ ਆਊਗਾ ਜੀ, ਉੱਥੋਂ ਟਾਈਮ ਤੁਹਾਡਾ ਬਹੁਤ ਵਧੀਆ ਸ਼ੁਰੂ ਹੋ ਜਾਊ, ਠੀਕ ਹੈ ਜੀ। ਪੰਡਿਤ, ਹੈਲੋ ਹੈਲੋ, ਹਾਂਜੀ, ਨਮਸਤੇ ਪੰਡਿਤ ਜੀ, ਡੇਟ ਔਰ ਟਾਈਮ ਬੋਲੋ। 8/9/79 ਜੀ। ਕਿਹੜੀ ਜਗ੍ਹਾ ਤੋਂ ਜੀ? ਹੁਸ਼ਿਆਰਪੁਰ ਤੋਂ ਜੀ। 79 ਜਨਮ ਦਾ ਟਾਈਮ? ਹਾਂ, ਉਹ ਨਹੀਂ ਪਤਾ ਜੀ। ਕੀ ਪੁੱਛਣਾ ਜੀ? ਮੈਂ ਬਾਹਰ ਬਾਰੇ ਪੁੱਛਣਾ ਸੀ, ਮੈਂ ਅੱਗੇ 3 ਵਾਰੀ ਲਾ ਚੁੱਕਾ, ਰਿਫਿਊਜ਼ ਹੋ ਗਿਆ। ਕਿਹੜੀ ਜਗ੍ਹਾ ਦਾ ਲਾਇਆ ਸੀ? ਇੱਕ ਵਾਰੀ ਅਮਰੀਕਾ ਦਾ ਲਾਇਆ, 2 ਵਾਰੀ ਕੈਨੇਡਾ ਦਾ, ਟੂਰਿਸਟ ਵੀ ਆ। ਕਿੰਨੇ ਪੈਸੇ ਖਰਾਬ ਕਰਤੇ? ਪੈਸੇ 1.5-2 ਲੱਖ ਰੁਪਿਆ ਹੋ ਗਿਆ ਤਾਂ। ਵੀਰ ਜੀ, ਪਤਾ ਕੀ ਹੁੰਦਾ? ਹਾਂਜੀ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਮੈਨੂੰ ਮਿਲਣਾ ਪੈਣਾ, ਠੀਕ ਹੈ ਜੀ? ਤੁਸੀਂ ਹਰ ਕੰਮ 'ਚ ਜਲਦਬਾਜ਼ੀ ਕਰਦੇ ਹੋ, ਹਮੇਸ਼ਾ ਜਿਹੜਾ ਮਰਜ਼ੀ ਕੰਮ ਕਰਦੇ ਹੋ, ਜੇ ਘਰ ਤੋਂ ਤੁਸੀਂ ਬਾਜ਼ਾਰ ਤੱਕ ਵੀ ਜਾਣਾ ਹੋਵੇ ਨਾ, 5 ਮਿੰਟ ਦਾ ਰਸਤਾ ਹੋਵੇ, ਠੀਕ ਹੈ, ਤੁਹਾਨੂੰ ਉੱਥੇ ਜਾਣ ਲੱਗੇ ਵੀ 10 ਮਿੰਟ ਲੱਗਦੇ ਹੈ, ਠੀਕ ਹੈ ਜੀ। ਕੰਮ ਸ਼ੁਰੂ ਤੋਂ ਹੀ ਤੁਹਾਡਾ ਖਰਾਬ ਚੱਲੀ ਜਾਂਦਾ, ਠੀਕ ਹੈ ਜੀ। ਲੇਕਿਨ ਜਾ ਸਕਦੇ ਹੋ ਬਾਹਰ, ਠੀਕ ਹੈ ਜੀ। ਤੁਸੀਂ ਮੈਨੂੰ ਆਣ ਕੇ ਮਿਲਣਾ ਹੈ, ਉਸ ਤੋਂ ਬਾਅਦ ਤੁਹਾਨੂੰ ਮੈਂ ਅਪਾਏ ਦੱਸਦੇ ਹਾਂ, ਅਪਾਏ ਕਰਨੇ ਹੈ, ਠੀਕ ਹੈ ਜੀ। ਅਪਾਏ ਤੋਂ 3 ਮਹੀਨਿਆਂ ਬਾਅਦ ਦੇ ਵਿੱਚੋਂ ਤੁਹਾਨੂੰ ਮੈਂ ਕਹਿਣਾ ਵੀ ਆ ਲੋ ਕਰੋ ਕੰਮ, ਠੀਕ ਹੈ ਜੀ। ਇੱਕ ਗੱਲ ਹੋਰ ਦੱਸਾਂ ਜੀ, ਹਾਂਜੀ ਹਾਂਜੀ, ਕੋਈ ਅਮਰੀਕਾ ਜਾਣਾ, ਕੋਈ ਕੈਨੇਡਾ ਜਾਣਾ, ਕੋਈ ਕਿਤੇ ਹੋਰ ਜਾਣਾ, ਠੀਕ ਹੈ ਜੀ, ਜਦ ਤੱਕ ਸਿਸਟਮ ਸਹੀ ਨਹੀਂ ਬਣਦਾ, ਮੈਂ ਤੁਹਾਨੂੰ ਇਹੋ ਜਿਹੇ ਬੰਦੇ ਦਿਖਾ ਦਿੰਦਾ, ਜਦੋਂ ਵਕਤ ਮਾੜਾ ਹੋਵੇ ਤੇ ਬੰਦੇ ਦਾ ਵੀਜ਼ਾ ਲੱਗਿਆ ਹੋਵੇ, ਕਿੰਨੀ ਵਾਰੀ ਗਿਆ ਹੋਵੇ, ਉੱਥੋਂ ਜਾ ਕੇ ਅਮਰੀਕਾ ਕੈਨੇਡਾ ਤੋਂ ਵਾਪਸ ਆ ਜਾਂਦਾ ਏਅਰਪੋਰਟ ਤੋਂ, ਠੀਕ ਹੈ ਜੀ। ਲੇਕਿਨ ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਇੱਦਾਂ ਹੀ ਇੱਕ ਸਾਡੇ ਕੋਲ ਬੰਦਾ ਆਇਆ, ਇਹ ਕੋਈ ਤਕਰੀਬਨ 4 ਸਾਲ ਦੀ ਗੱਲ ਹੈ, ਉਹਨਾਂ ਨੇ ਅਸੀਂ ਦੱਸਿਆ ਵੀ ਤੁਹਾਡਾ ਜਿਹੜਾ ਯੋਗ ਖਰਾਬ ਹੈ। ਮੈਨੂੰ ਕਹਿੰਦਾ ਪੰਡਿਤ ਜੀ ਕੀ ਗੱਲ ਕਰਦੇ ਹੋ? ਮੈਂ ਕਿਹਾ ਜੀ ਦੇਖੋ ਤੁਹਾਡੇ ਨਾ ਫੋਰਨ ਯਾਤਰਾ ਬੜੀਆਂ ਦਿੱਕਤਾਂ ਆਊਗੀਆਂ। ਉਹ ਕਹਿੰਦਾ ਪੰਡਿਤ ਜੀ ਤੁਸੀਂ ਤਾਂ ਕੀ ਗੱਲ ਕਰਤੀ, ਮੈਂ ਤਾਂ ਅਮਰੀਕਾ ਕੈਨੇਡਾ ਜਾਂਦਾ ਹੀ ਰਹਿਣਾ, ਠੀਕ ਹੈ ਜੀ। ਮੈਂ ਕਿਹਾ ਜੀ ਦੇਖੋ ਗ੍ਰਹਿ ਤੁਹਾਡੇ ਕਹਿ ਰਹੇ ਆ, ਤੁਸੀਂ ਥੋੜਾ ਹਿਸਾਬ ਨਾਲ ਚਲੋ ਪਾਏ ਕਰ ਲਓ। ਚਲੋ ਜੀ, ਬੰਦੇ ਨੇ ਦੱਸੀਆਂ ਗੱਲਾਂ, ਉਹਨੇ ਗੱਲਾਂ ਪੁੱਛੀਆਂ, ਕੀਤੀਆਂ ਨਹੀਂ ਉਹ, ਠੀਕ ਹੈ। ਜਦੋਂ ਅਮਰੀਕਾ ਗਿਆ, ਅੱਛਾ, ਕੁਛ ਨਹੀਂ ਕੀਤਾ, ਇਮੀਗ੍ਰੇਸ਼ਨ ਵਾਲਿਆਂ ਨੇ ਸਿਰਫ ਉਹਦੇ ਬੈਗ ਦੀ ਤਲਾਸ਼ੀ ਲਿੱਤੀ, ਉਹਦੇ ਵਿੱਚੋਂ ਕੋਈ ਨੰਬਰ ਨਿਕਲੇ, ਉਹਨਾਂ ਨੇ ਉਹਦੇ ਪਾਸਪੋਰਟ ਤੇ ਉਹਦਾ ਨਾਮ ਦੇਖ ਕੇ ਉਹਨਾਂ ਨੂੰ ਫੋਨ ਕੀਤਾ ਵੀ ਇਹ ਬੰਦਾ
ਇੱਕ ਬੰਦੇ ਨੇ ਵਿੱਚੋਂ ਕਹਿਤਾ ਵੀ ਇਹ ਕੱਲ ਕੰਮ ਤੇ ਆਊਗਾ। ਅੱਛਾ ਜੀ। ਉੱਥੋਂ ਹੀ ਉਹਨਾਂ ਨੇ ਏਅਰਪੋਰਟ ਤੋਂ ਰਿਫਿਊਜ਼ ਕਰਕੇ ਭੇਜਤਾ ਵਾਪਸ। ਅੱਛਾ ਜੀ। ਤੁਸੀਂ ਇੱਕ ਚੀਜ਼ ਦੇਖੋ ਕਿ ਗ੍ਰਹਿ ਜਿਹੜੇ ਹੁੰਦੇ ਆ ਉਸ ਤੋਂ ਬਾਅਦ ਉਹ ਬੰਦਾ ਕਹਿੰਦਾ ਮੇਰੇ ਅਪਾਏ ਕਰੋ ਫਲਾਣਾ ਕਰੋ। ਮੈਂ ਕਿਹਾ ਹੁਣ ਕੀ, ਹੁਣ ਤਾਂ ਸਾਰਾ ਕੰਮ ਖਰਾਬ ਕਰ ਲਿਆ। ਠੀਕ ਹੈ ਜੀ। ਫਿਰ ਉਹਨੂੰ ਮੈਂ ਦੱਸਿਆ, ਮੈਂ ਕਿਹਾ 3 ਮਹੀਨੇ ਕਿਸੇ ਮੁਲਕ 'ਚ ਨਹੀਂ ਜਾਣਾ, ਇਹ ਜਦੋਂ ਵਕਤ ਮਾੜਾ ਹੁੰਦਾ ਨਾ ਉਦੋਂ ਕੋਈ ਨਾ ਕੋਈ ਇਹੋ ਜਿਹਾ ਕਲੇਸ਼ ਆਪਣੇ ਆਪ ਹੀ ਖੜਾ ਹੋ ਜਾਂਦਾ। ਹਾਂਜੀ ਹਾਂਜੀ। ਔਰ ਬੜੀਆਂ ਚੀਜ਼ਾਂ ਐਸੀਆਂ ਕਿ ਸਾਨੂੰ ਪਤਾ ਹੁੰਦਾ ਕਿ ਕਿਹੜੇ ਗ੍ਰਹਿ ਨੇ ਜਾ ਕੇ ਤੁਹਾਡੇ ਨਾਲ ਕੀ ਕਰਨਾ। ਕਈ ਵਾਰੀ ਆਪਾਂ ਕਿਸੇ ਦੇ ਰਿਸ਼ਤੇਦਾਰ ਦੇ ਘਰੇ ਜਾਂਦੇ ਹਾਂ, 20 ਵਾਰੀ ਆਪਾਂ ਉਹਦੇ ਘਰੇ ਜਾਂਦੇ ਹਾਂ, ਹਾਂਜੀ, ਤੇ 21 ਵਾਰੀ ਉਹਦੇ ਘਰੇ ਜਾਂਦੇ, ਉਹਦੇ ਕੋਲੇ ਕਰਦੇ, ਆਪਾਂ ਰਸਤਾ ਭੁੱਲ ਜਾਂਦੇ ਹਾਂ। ਹਾਂਜੀ ਹਾਂਜੀ। ਇਹ ਜਦੋਂ ਕੋਈ ਟਾਈਮ ਰਾਹੂ ਕਾਲ ਚੱਲਦਾ ਆ ਚੰਗੇ ਚੰਗੇ ਬੰਦਿਆਂ ਦੀ ਭੂਤ ਨਹੀਂ ਘੁਮਾ ਦਿੰਦਾ, ਵਕਤ ਮਾੜਾ। ਇਹ ਇੱਥੋਂ ਅਸੀਂ ਟੇਵਾ ਦੇ ਕੇ ਆਮ ਬੰਦੇ ਦੀ ਕਹਾਣੀ ਨੀ, ਵੀ ਟੇਵਾ ਕੁੰਡਲੀ ਦੇਖ ਕੇ ਗੱਲ ਦੱਸਤੀ ਫਲਾਨਾ ਕੰਮ ਕਰ ਲਿਆ। ਠੀਕ ਹੈ ਜੀ। ਲੇਕਿਨ ਹੁਣ ਆਪਾਂ ਕਹਿ ਦਿੰਦੇ ਫਲਾਨਾ ਕੰਮ ਕਰ ਦੂ, ਆਪਾਂ ਕੁਛ ਨੀ ਕਰ ਸਕਦੇ। ਆਪਾਂ ਇੱਕ ਰਸਤਾ ਦਿੰਦੇ, ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗੇ ਵਧੋ। ਠੀਕ ਹੈ ਜੀ। ਹੁਣ ਟੀਵੀ ਤੇ ਐਡ ਆਉਂਦੀ 1 ਘੰਟੇ 'ਚ ਵਸ਼ੀਕਰਨ ਕਰਾਓ ਫਲਾਨਾ ਕਰਾਓ, ਕਦੇ ਉਹ ਬੰਦੇ ਦੀ ਤੁਸੀਂ ਸ਼ਕਲ ਦੇਖੀ ਹੈ? ਹਾਂ, ਦੂਜੇ ਸ਼ਹਿਰ ਦੇ ਬੰਦੇ ਹੋਣ ਤੇ ਉਹਨਾਂ ਨੇ ਸ਼ਕਲ ਦੇਖ ਲਈ ਹੋਊਗੀ, ਉਹਨੂੰ ਪਤਾ ਜੇ ਸ਼ਹਿਰ ਦਾ ਬੰਦਾ ਹੋਊਗਾ ਤੇ ਕੁੱਟੂਗਾ। ਹਾਂਜੀ ਹਾਂਜੀ ਹਾਂਜੀ। ਲੇਕਿਨ ਜੇ ਆਪਾਂ ਬੰਦੇ ਨੂੰ ਵਾਸਤੇ ਕਰਨ ਆਏ ਹੋਈਏ ਤੇ ਹਰੇਕ ਬੰਦੇ ਨੂੰ ਪੈਸੇ ਦੀ ਤਮਾ ਹੈਗੀ ਹੈ ਤੇ ਸ਼ੋਅ ਕਰਨ ਸਾਰਿਆਂ ਨੂੰ ਵਾਸਤੇ ਕਰ ਲਈਏ। ਹਾਂਜੀ ਹਾਂਜੀ। ਲੇਕਿਨ ਸਾਰਿਆਂ ਤੋਂ ਵੱਡੀ ਚੀਜ਼ ਇਹ ਹੈ, ਜਿਹੜੀ ਚੀਜ਼ ਸੱਚਾਈ ਹੈ ਉਹ ਸੱਚਾਈ ਹੈ, ਝੂਠ ਝੂਠ ਹੀ ਹੈ। ਠੀਕ ਹੈ। ਇਸ ਕਰਕੇ ਟੇਵਾ ਜਦੋਂ ਤੁਸੀਂ ਪਹਿਲੇ ਮਿਲੋ ਤੁਹਾਨੂੰ ਮੈਂ ਦੱਸੂਗਾ, ਬਾਹਰ ਚਲੇ ਜਾਓਗੇ ਕੱਲ ਹੀ ਨਾ ਪਾਓ। ਅੱਜ ਦੀ ਡੇਟ 'ਚ ਹੁਣ ਤੁਹਾਨੂੰ ਹੋਰ ਦੱਸਦਾ, ਜਿੰਨੇ ਲੋਕ ਹੁਣ ਟੂਰਿਸਟ ਬਾਹਰ ਜਾ ਰਹੇ ਨਾ ਕੈਨੇਡਾ ਭੱਜ ਕੇ, ਮਾਂ ਬਾਪ ਜਾਂਦੇ, ਸਾਡਾ ਬੱਚਾ ਉੱਥੇ ਹੈ, ਅਸੀਂ ਉੱਥੇ ਜਾ ਕੇ ਡਾਲਰ ਕਮਾ ਲਾਂਗੇ, ਉਹ ਕੰਮ ਬੰਦ ਹੋ ਗਏ ਹੁਣ। ਅੱਛਾ ਜੀ। ਪਿਛਲੇ 2 ਮਹੀਨਿਆਂ ਤੋਂ ਉਹਨਾਂ ਨੇ ਉਹ ਵੀ ਬੈਨ ਲਾਤਾ, ਕਿਸੇ ਨੇ ਕਿਸੇ ਨੂੰ ਕੰਮ ਤੇ ਨਹੀਂ ਰੱਖਣਾ, ਨਾ ਰੱਖ ਰਹੇ ਆ, ਪੁੱਛ ਲਓ ਫੋਨ ਕਰਕੇ। ਕੋਈ ਟਾਵਾਂ ਟਿੱਕਾ ਕੋਈ ਚੱਲਦਾ ਹੋਵੇ, ਕੰਮ ਚੱਲਦਾ ਹੋਵੇ, ਤੇ ਜਿਨ੍ਹਾਂ ਕੋਲੇ ਸੁਪਰ ਵੀਜ਼ਾ ਹੈ ਉਹਨਾਂ ਵਾਸਤੇ ਵੀ ਕਲੇਸ਼ ਖੜਾ ਹੋ ਗਿਆ। ਤੇ ਦੂਜੀ ਗੱਲ ਇਹ ਹੈ, ਫੌਜ ਦੇ ਵਿੱਚ ਬੁੜੇ ਬੰਦੇ ਨਹੀਂ ਭਰਤੀ ਕਰਦੇ। ਹਾਂਜੀ ਹਾਂਜੀ ਹਾਂਜੀ। ਜਦੋਂ ਦੇਖਿਆ ਬੰਦਾ 30-35 ਸਾਲ ਦਾ ਹੋ ਗਿਆ, ਉਹਨੂੰ ਕੱਢ ਦਿੰਦੇ ਆ, ਵੀ ਉਹਦੀ ਫੁਰਤੀ ਘੱਟ ਗਈ, ਸਪੀਡ ਘੱਟ ਗਈ। ਹਾਂਜੀ ਹਾਂਜੀ। ਏਦਾਂ ਹੀ ਫੌਰਨ ਦੇ ਵਿੱਚ ਹੈ। ਹਾਂਜੀ। ਜਿਹੜੇ ਹੁਣ ਬਜ਼ੁਰਗਾਂ ਨੂੰ ਜਲਦੀ ਕੰਮ ਨਹੀਂ ਦਿੰਦੇ, ਅਗਲੇ ਕਹਿੰਦੇ ਯੰਗ ਟੂਰਿਸਟ ਉਹਨਾਂ ਨੂੰ ਕੰਮ ਦਵਾਂਗੇ, ਨਾਲੇ ਪੈਸੇ ਘੱਟ ਦਿੰਦੇ। ਹਾਂਜੀ ਹਾਂਜੀ ਹਾਂਜੀ। ਵੀਰ ਜੀ, ਜਿਸ ਮੁਲਕ ਦੇ ਵਿੱਚ ਵੀ ਜਾਣਾ ਪਹਿਲੇ ਪੁੱਛੋ, ਫਿਰ ਕਰੋ ਵੀ ਕੀ ਕਰਨਾ, ਕਿਹੜੇ ਮੁਲਕ 'ਚ ਜਾਈਏ। ਕਮਾਈਆਂ ਛੋਟੇ ਮੁਲਕਾਂ 'ਚ ਵੀ ਬਹੁਤ ਹੈ, ਪਰ ਤੁਹਾਨੂੰ ਕੰਮ ਦਾ ਤੇ ਇੱਕ ਰੀਜਨ ਤੇ ਇੱਕ ਤੁਹਾਨੂੰ ਟਿਕਾਣਾ ਪਤਾ ਹੋਣਾ ਚਾਹੀਦਾ ਕਿੱਥੇ ਜਾਈਏ। ਹਾਂਜੀ। ਜੈ ਸ਼੍ਰੀ ਰਾਮ। ਹੈਲੋ 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 ਪੰਡਿਤ ਜੀ, 3 ਨਵੰਬਰ 1994 ਡੇਟ ਆਫ ਬਰਥ। 3 ਨਵੰਬਰ 1994 ਜੀ। ਜਨਮ ਦਾ ਟਾਈਮ? ਜਨਮ ਦਾ ਟਾਈਮ ਪੱਕਾ ਨਹੀਂ ਪਤਾ ਜੀ, ਸ਼ਾਮ ਦਾ ਜੀ, 4-5 ਵਜੇ ਦਾ ਜੀ। ਹਾਂਜੀ, ਕੀ ਪੁੱਛਣਾ ਜੀ? ਮੈਂ ਨਾ ਜੀ ਗਵਰਨਮੈਂਟ ਜੋਬ ਤੇ ਪਰ ਕੰਟਰੈਕਟ ਤੇ ਆਈ, 4.5 ਸਾਲ ਹੋ ਗਿਆ ਜੀ, ਤੇ ਪੱਕੇ ਬਾਰੇ ਪੁੱਛਣਾ ਸੀ ਜੀ ਕਦੋਂ ਤੱਕ ਹੋ ਜਾਊਗਾ। 4-5 ਵਜੇ ਦਾ ਟਾਈਮ ਹੈ ਸ਼ਾਮ ਦਾ? ਹਾਂਜੀ ਹਾਂਜੀ। ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮੁਕਤਸਰ ਤੋਂ ਜੀ। ਜੋਬ ਕਿਸ ਚੀਜ਼ ਦੀ ਹੈ? ਜੋਬ ਹੈਗੀ ਹੈ ਜੀ, ADC ਆਫਿਸ ਹੈ ਜੀ। ਇੱਕ ਤਾਂ ਕਿਸੇ ਨਾਲ ਫਾਲਤੂ ਬਹਿਸ ਨਾ ਨਹੀਂ ਹੋ। ਠੀਕ ਹੈ ਜੀ। ਦੂਜੇ ਨੰਬਰ ਤੇ ਵੀਰਵਾਰ ਤੋਂ ਵੀਰਵਾਰ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ। ਠੀਕ ਹੈ ਜੀ। ਚਾਵਲ ਕੱਚੇ ਦੁੱਧ 'ਚ ਛਾਵੇਂ ਸੁਕਾ ਕੇ ਆਪਦੇ ਕੋਲੇ ਰੱਖਣੇ। ਠੀਕ ਹੈ ਜੀ। ਤੇ ਕਦੇ ਕਦੇ ਕਾਲੇ ਮਾਂ ਦਾਨ ਦੇ ਦਿਆ ਕਰੋ ਸ਼ਨੀਵਾਰ ਨੂੰ। ਠੀਕ ਹੈ ਜੀ। ਤੇ ਲੋਹੇ ਦਾ ਕੜਾ ਪਾ ਕੇ ਰੱਖਣਾ, ਘਬਰਾਉਣ ਦੀ ਕੋਈ ਲੋੜ ਨਹੀਂ। ਠੀਕ ਹੈ ਜੀ। ਸਭ ਕੁਝ ਬਣ ਜਾਊਗਾ, ਪੱਕੇ ਹੋ ਜਾਊਗਾ। ਇੱਕ ਚੀਜ਼ ਦਾ ਧਿਆਨ ਰੱਖਿਓ। ਠੀਕ ਹੈ ਜੀ। ਇੱਕ ਵਾਰੀ ਮੈਨੂੰ 2020 ਦੇ ਜੂਨ 'ਚ ਮਿਲਣਾ। ਠੀਕ ਹੈ ਜੀ। ਤੇ ਇੱਕ ਵਾਰੀ 2024 ਦੇ 3 ਮਹੀਨੇ 'ਚ ਮਿਲਣਾ। ਠੀਕ ਹੈ ਜੀ। ਇਹ ਗੱਲ ਮੇਰੀ ਯਾਦ ਰੱਖਿਓ। ਠੀਕ ਹੈ ਜੀ। ਫਿਰ ਤੁਹਾਡੇ ਤੇ ਮਾੜਾ ਟਾਈਮ ਆਊਗਾ 2031 ਦੇ ਵਿੱਚ। ਅੱਛਾ ਜੀ। ਇਹ 3 ਪੁਸ਼ਬਾਣੀਆਂ ਮੇਰੀਆਂ ਲਿਖ ਕੇ ਰੱਖ ਲਿਓ। ਜੈ ਸ਼੍ਰੀ ਰਾਮ। ਤੇ ਇੱਕ ਹੀ ਪੁੱਛਣਾ ਹੈ ਕਿ ਬਾਹਰ ਤਾਂ ਬਣ ਸਕਦਾ ਕਿ ਨਹੀਂ ਜੀ? ਬਿਲਕੁਲ ਬਣ ਸਕਦਾ, ਇੱਥੇ ਕੰਮ ਕਰੀਓ, ਨਾਲੋ ਨਾਲ ਲਾ ਦੋ, ਬਣ ਜੂਗੀ ਗੱਲ। ਅੱਛਾ ਜੀ। ਜੈ ਸ਼੍ਰੀ ਰਾਮ। ਕਦੋਂ ਤੱਕ ਟਾਈਮ ਪਿਆ? ਜਦੋਂ ਮਰਜ਼ੀ ਕਰ ਦੋ ਬੁਲਾਈ। ਜੈ ਸ਼੍ਰੀ ਰਾਮ। ਹੈਲੋ ਹੈਲੋ ਹੈਲੋ। ਹਾਂਜੀ ਵੀਰ ਜੀ, ਡੇਟ ਆਫ ਟਾਈਮ? ਵੀਹ ਚਾਰ ਸੱਤਰ। ਜਨਮ ਦਾ ਟਾਈਮ ਭਰਾ ਜੀ? ਜਨਮ ਦਾ ਟਾਈਮ 20-4-1970। ਮੈਂ ਜਨਮ ਦਾ ਟਾਈਮ ਪੁੱਛਿਆ। ਹਾਂਜੀ। 3-55 ਜੀ, 3-55।
ਸਵੇਰੇ 3:55 ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹੁਸ਼ਿਆਰਪੁਰ ਤੋਂ ਜੀ। ਹਾਂਜੀ, ਕੀ ਪੁੱਛਣਾ? ਪੁੱਛਣਾ ਜੀ, ਕੋਈ ਵੀ ਕੰਮ ਦੇ ਵਿੱਚ ਸੈਟਿੰਗ ਨਹੀਂ ਆ ਰਹੀ। 14-15 ਸਾਲ ਮੈਂ ਦੁਬਈ ਰਹਿ ਗਿਆ, ਰਿਜਾਇਨ ਲੈ ਕੇ ਆ ਗਿਆ, ਮੁੜ ਕੇ ਇੱਥੇ ਆ ਕੇ ਸੈਟਿੰਗ ਹੀ ਨਹੀਂ ਹੋਈ ਇੰਡੀਆ ਦੇ ਵਿੱਚ। ਵੀਰ ਜੀ ਪਤਾ ਕੀ ਹੈ, ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਜਦੋਂ ਵਿਆਹ ਹੁੰਦਾ ਉਦੋਂ ਬੰਦੇ ਨੂੰ ਪੁੱਛਣਾ ਚਾਹੀਦਾ, ਮਕਾਨ ਬਣਾਉਣ ਲੱਗੇ ਪੁੱਛਣਾ ਚਾਹੀਦਾ। ਇਹ ਦੋ ਸੀੜੀਆਂ ਜ਼ਿੰਦਗੀ ਦੀਆਂ ਬੜੀਆਂ ਔਖੀਆਂ। ਤੁਹਾਡਾ ਟਾਈਮ ਤੁਹਾਡੇ ਵਿਆਹ ਤੋਂ ਬਾਅਦ ਹੀ ਮਾੜਾ ਚੱਲ ਰਿਹਾ। ਅੱਛਾ ਜੀ। ਦੂਸਰੇ ਨੰਬਰ ਤੇ ਤੁਸੀਂ ਇੱਕ ਤਾਂ ਨਹਾਉਣਾ ਜ਼ਿਆਦਾ, ਇੱਕ ਖੁਸ਼ੀ ਨਹੀਂ ਮਨਾਉਣੀ, ਟੁੱਟੀ ਹੋਈ ਕੁਰਸੀ ਮੇਜ ਘਰੇ ਨਹੀਂ ਰੱਖਣਾ, ਆਪਸ ਚ ਮੀਆਂ ਬੀਬੀ ਨੇ ਬਹਿਸ ਰਾਣੀ ਹੋ। ਸਿੰਪਲ ਜੇ ਆਪਾਂ ਅੱਜ ਦੱਸਣ ਲੱਗੇ ਤੇ ਇੱਕ ਦਹੀਂ ਮਲ ਕੇ ਕਦੇ ਕਦੇ ਨਹਾਉਣਾ। ਇਹ ਉਪਾਏ ਕਰਨ ਤੋਂ ਮਹੀਨਾ ਬਾਅਦ ਚ ਜੇ ਫਾਇਦਾ ਹੋਵੇ ਮੈਨੂੰ ਮਿਲਣਾ, ਤੇ ਛੱਤ ਬਨੇਰਾ ਕੋਈ ਟੁੱਟਿਆ ਨਾ ਹੋਵੇ। ਜੈ ਸ਼੍ਰੀ ਰਾਮ। ਹੈਲੋ 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 ਹਾਂਜੀ, ਡੇਟ ਔਫ ਟਾਈਮ ਬੋਲੋ ਜੀ। 4 ਫਰਵਰੀ 1992 ਰਾਤੀ 12:52 ਮਿੰਟ ਵਜੇ। 4 ਫਰਵਰੀ 1992 ਰਾਤੀ 12:52 ਮਿੰਟ ਤੇ। ਹਾਂਜੀ, ਕੀ ਪੁੱਛਣਾ ਚਾਹੁੰਦੇ ਹੋ? ਬੱਚੇ ਸੀਏ ਦਾ ਪੇਪਰ ਕਰਵਾਓ, ਨਹੀਂ ਹੋ ਰਿਹਾ ਜੀ ਕਲੀਅਰ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਦਿੱਲੀ ਤੋਂ ਜੀ। ਸਾਡਾ ਪ੍ਰੋਗਰਾਮ ਕਦੋਂ ਤੋਂ ਦੇਖ ਰਹੇ ਹੋ? ਮੈਂ 1-2 ਵਾਰੀ ਪਹਿਲੇ ਦੇਖਿਆ ਸੀ ਜੀ, 1 ਵਾਰੀ ਅੱਜ ਦੇਖਿਆ, 3ਜੀ ਵਾਰੀ ਦੇਖ ਰਿਹਾ। ਇਹ ਬੱਚਾ ਜਦੋਂ ਅਸੀਂ ਆਈਏ ਸਾਨੂੰ ਮਿਲੇ, ਪਹਿਲੀ ਗੱਲ ਤਾਂ ਕਿ ਬੱਚਾ ਕੱਲਾ ਨਾ ਸੋਵੇ। ਅੱਛਾ ਜੀ। ਦੂਸਰੇ ਨੰਬਰ ਤੇ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ ਆ, ਬਗੈਰ ਜੋੜ ਤੋਂ ਚਾਂਦੀ ਦਾ ਕੜਾ ਪਾਉਣਾ। ਛੋਲੇ ਦੀ ਦਾਲ ਵੀਰਵਾਰ ਨੂੰ ਜੀ, ਤੇ ਲਿਹਾਜ ਨੀ ਇਹਦੀ ਕਰਨੀ। ਅੱਛਾ। ਤੇ ਜਿੰਨੀ ਚੀਜ਼ ਦੀ ਇਹਨੂੰ ਜ਼ਰੂਰਤ ਹੋਵੇ ਉਸ ਤੋਂ ਘੱਟ ਚੀਜ਼ ਲੈ ਕੇ ਦੇਣੀ ਹੈ। ਅੱਛਾ ਜੀ। ਤੇ ਇੱਕ ਆਸ਼ਕੀ ਤੋਂ ਦੂਰ ਰਵੇ। ਠੀਕ ਹੈ ਜੀ। ਤੇ ਮੈਂ ਜਦੋਂ ਆਵਾਂ ਮੈਨੂੰ ਮਿਲਣਾ ਜ਼ਰੂਰ ਹੈ। ਠੀਕ ਹੈ। ਤੇ ਇੱਕ ਵਾਰੀ ਕਦੇ ਕਦੇ ਚਾਕੂ ਨਾਲ ਪਾਣੀ ਕੱਟ ਕੇ ਪੀ ਲਿਆ ਕਰੇ। ਠੀਕ, ਚਾਕੂ ਨਾਲ ਪਾਣੀ ਅਸੀਂ ਕੱਟ ਕੇ ਪਿਲਾਣਾ ਜੀ? ਆਪੇ ਆਪ ਪੀਲੂਗਾ। ਠੀਕ ਹੈ ਜੀ। ਠੀਕ ਹੈ ਜੀ, ਇਹ ਉਪਾਅ ਕਰਨੇ ਤੇ ਫਿਰ ਮੇਰੇ ਨਾਲ ਜਦੋਂ ਤੁਹਾਡਾ ਹੋਵੇ ਮਿਲਣਾ ਹੋਵੇ ਉਦੋਂ ਆਪਦਾ ਨੰਬਰ ਲਿਖਾ ਦਿਓ। ਦਿੱਲੀ ਜਦੋਂ ਅਸੀਂ ਆ ਨਾ, ਆਉਣ ਤੋਂ ਪਹਿਲੇ ਅਸੀਂ ਜਿਹੜੇ ਬੰਦੇ ਨੇ ਅਪਾਇੰਟਮੈਂਟ ਲਿੱਤੀ ਹੈ ਇੱਕ ਦਿਨ ਪਹਿਲੇ ਅਸੀਂ ਹਰੇਕ ਨੂੰ ਫੋਨ ਕਰਾਂਗੇ। ਤੇ ਨੰਬਰ ਤੁਸੀਂ ਫਿਰ ਕਿਹਨੂੰ ਲਿਖਾਈਏ? ਲੜਕਿਆਂ ਨੂੰ ਲਿਖਾ ਦਿਓ, ਹੁਣ ਲਿਖਾ ਦਿਓ, ਕਾਲ ਤੋਂ ਬਾਅਦ ਬੇਸ਼ੱਕ ਸਵੇਰੇ ਲਿਖਾ ਦਿਓ। ਮੈਂ ਹੁਣ 93508 ਨਹੀਂ ਜੀ, ਮੁੰਡਾ ਲਿਖ ਲੂਗਾ, ਤੁਸੀਂ ਦੂਜੇ ਪਾਸੇ ਮੁੰਡੇ ਕੋਲ ਹੋਲਡ ਹੈ ਫੋਨ, ਉਹ ਲਿਖ ਲੈਂਦਾ ਹੈ। ਜੈ ਸ਼੍ਰੀ ਰਾਮ। ਹੈਲੋ ਹੈਲੋ ਹਾਂਜੀ, ਡੇਟ ਔਫ ਟਾਈਮ ਬੋਲੋ ਜੀ। ਬੋਲੋ ਜੀ ਬੋਲੋ। ਹਾਂਜੀ, ਡੇਟ 12/11/97 12/11/97 ਜਨਮ ਦਾ ਟਾਈਮ? ਨਹੀਂ ਜੀ, ਰਾਤ ਦਾ 8 ਵਜੇ। ਹਾਂਜੀ, ਕੀ ਪੁੱਛਣਾ ਜੀ? ਹਾਂਜੀ, ਬਾਹਰ ਬਾਰੇ ਪੁੱਛਣਾ ਚਾਹੁੰਦਾ ਜੀ, ਬਾਹਰ ਕਦੋਂ ਜਾਓ? ਇੱਥੇ ਕੀ ਕਰਦੇ ਹੋ? ਇੱਥੇ ਤਾਂ ਹਜੇ ਸਟੱਡੀ ਕਰਦੇ ਹਾਂ। ਇੱਕ ਤਾਂ ਬੋਲਣਾ ਨਹੀਂ, ਕਿਸੇ ਨਾਲ ਫਾਲਤੂ ਬਹਿਸ ਨਾ ਨਹੀਂ ਹੋ। ਠੀਕ ਹੈ। ਮਾਤਾ ਪਿਤਾ ਦੇ ਪੈਰੀ ਹੱਥ ਲਾਣੇ। ਠੀਕ ਹੈ। ਠੀਕ ਹੈ ਜੀ। ਤੇ ਯੋਗ ਅਗਲੇ ਸਾਲ ਬਣੂਗਾ ਬਾਹਰ ਜਾਣ ਦਾ। ਠੀਕ ਹੈ। ਠੀਕ ਹੈ ਜੀ, ਇਹ ਜਿੰਨੇ ਕੁ ਉਪਾਏ ਦੱਸੇ ਓਨੇ ਕੀ ਗੱਲ ਕਰਨੀ ਹੈ, ਕਿਸੇ ਨਾਲ ਬਹਿਸ ਨਾ ਨਹੀਂ, ਮਾਤਾ ਪਿਤਾ ਦੇ ਪੈਰੀ ਹੱਥ ਲਾਣੇ, ਕੋਈ ਸੁਖਣਾ ਨਹੀਂ ਸੁਖਣੀ, ਕਿਤੇ ਪੈਸਾ ਦਾਨ ਨਹੀਂ ਦੇਣਾ। ਠੀਕ ਹੈ। ਜੈ ਸ਼੍ਰੀ ਰਾਮ। ਹੈਲੋ, ਜਿੰਨੇ ਭੈਣ ਭਰਾ ਪ੍ਰੋਗਰਾਮ ਸੁਣ ਰਹੇ ਹੈ, ਹੈਲੋ ਹੈਲੋ, ਪੰਡਿਤ ਦਵਿੰਦਰ ਵਰਮਾ ਜੀ? ਹਾਂਜੀ ਜੀ, ਅਪਾਇੰਟਮੈਂਟ ਲੈਣੀ ਸੀ। ਹਾਂਜੀ, ਕਿੱਥੋਂ ਆਣਾ ਜੀ? ਆਣਾ ਤੁਹਾਨੂੰ ਲੁਧਿਆਣੇ ਤੋਂ ਹੀ ਆ ਜੀ। ਬਸ ਕੋਈ ਨਹੀਂ, ਸਵੇਰੇ ਆ ਜਾਓ, ਕੋਈ ਦਿੱਕਤ ਨਹੀਂ। ਜੈ ਸ਼੍ਰੀ ਰਾਮ। ਦੇਖੋ, ਫੋਨ ਕਾਲ ਲੱਗਦੀ ਹੈ, ਬੜੀ ਔਖੀ ਲੱਗਦੀ ਹੈ, ਲੇਕਿਨ ਲੁਧਿਆਣੇ ਬੈਠੇ ਹੈ ਫਿਰ ਵੀ ਆਉਣਾ ਚਾਹੁੰਦੇ ਹੈ, ਕਿਉਂਕਿ ਜਿਹੜੀ ਗੱਲ ਬੈਠ ਕੇ ਜਾਂ ਇਕੱਲਿਆਂ 'ਚ ਹੋਣੀ ਹੈ ਉਹ ਗੱਲ ਟੀਵੀ 'ਤੇ ਇੰਨੀ ਲੰਬੀ ਨਹੀਂ ਹੁੰਦੀ ਔਰ ਇੰਨੀ ਗੱਲ ਪੱਲੇ ਨਹੀਂ ਪੈਂਦੀ। ਅਸੀਂ ਵੀ ਜਲਦੀ ਜਲਦੀ ਕਰਕੇ ਦੂਜੀ ਕਾਲ ਚੱਕੀ ਦੀ ਹੈ, ਪਰ ਮੈਂ ਇਹ ਚਾਹੁੰਦਾ ਕਿ ਜਿੰਨੇ ਭੈਣ ਭਰਾ ਬੈਠੇ ਪ੍ਰੋਗਰਾਮ ਦੇਖ ਰਹੇ, ਹਰ ਇੱਕ ਬੰਦਾ ਦੁਖੀ ਹੈ, ਕਿਸੇ ਨੂੰ ਕੋਈ ਸਮੱਸਿਆ, ਕਿਸੇ ਨੂੰ ਕੋਈ ਸਮੱਸਿਆ, ਪਰ ਉਹਨਾਂ ਨੂੰ ਦਿਨ ਦੇ ਟਾਈਮ ਪੈਸੇ ਪੇ ਕਰੋ ਦੂਰ ਬੈਠੇ ਹੋ ਤਾਂ।
ਉਸ ਤੋਂ ਬਾਅਦ ਨੇੜੇ ਉਹ ਤੇ ਆ ਕੇ ਮਿਲਣਾ ਚਾਹੀਦਾ। ਮਿਲਣ ਦੇ ਨਾਲ ਕੀ ਹੁੰਦਾ ਕਿ ਆਪਣੇ ਮਨ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਯਾਦ ਆਈ ਜਾਂਦੀ ਹੈ, ਪੁੱਛੀ ਜਾਂਦੇ ਹਾਂ, ਜਾਂ 50 ਗੱਲਾਂ ਪੁੱਛ ਲਓ। ਦੂਰ ਬੈਠੇ 2-3 ਗੱਲਾਂ ਹੋਈਆਂ, ਅਸੀਂ ਵੀ ਜੈ ਸ਼੍ਰੀ ਰਾਮ ਕਰਤਾ, ਤੁਹਾਡੇ ਵੀ ਅੱਧੀਆਂ ਗੱਲਾਂ ਪੱਲੇ, ਕਿਉਂਕਿ ਜਿਹਦੀ ਫੋਨ ਕਾਲ ਲੱਗਦੀ ਅੱਜ ਕੱਲ੍ਹ ਘਰਾਂ ਦੇ ਵਿੱਚ, ਕਾਪੀ ਪੈਨ ਬਹੁਤ ਘੱਟ ਲੋਕਾਂ ਕੋਲ ਹੁੰਦਾ, ਕਿਉਂਕਿ ਜੇ ਬੱਚੇ ਪੜ੍ਹਦੇ ਹੁੰਦੇ ਤਾਂ ਨੇੜੇ ਕੋਈ ਪਿਆ ਵੀ ਨਹੀਂ ਤਾਂ ਉਹ ਹੀ ਭਜਦੇ ਭਜਦੇ ਜਨ ਨੂੰ ਕਾਲ ਖਤਮ ਹੋ ਜਾਂਦੀ। ਜੈ ਸ਼੍ਰੀ ਰਾਮ। ਹੈਲੋ, 18/9/1994 ਜਲੰਧਰ ਟਾਈਮ ਭਰਾ ਜੀ, ਸਵੇਰ 6:20 ਕਿੱਥੋਂ ਬੋਲ ਰਹੇ ਹੋ? ਬਠਿੰਡਾ। ਹਾਂਜੀ, ਕੀ ਪੁੱਛਣਾ ਜੀ? ਲੜਕੀ ਦੇ ਬਾਹਰ ਜਾਣ ਬਾਰੇ। 6:20 ਜੀ। ਹੈਲੋ, ਲੜਕੀ ਦੇ ਬਾਹਰ ਜਾਣ ਬਾਰੇ। 6:00 ਕਿੰਨੇ ਮਿੰਟ ਕਿਹਾ ਜੀ? 20 ਮਿੰਟ। ਅੱਛਾ ਜੀ, ਤੁਸੀਂ ਹੁਣ ਸਾਡਾ ਪ੍ਰੋਗਰਾਮ ਦੇਖ ਰਹੇ ਹੋ? ਹਾਂਜੀ ਹਾਂਜੀ। ਡਿਸ਼ ਤੇ ਦੇਖ ਰਹੇ ਹੋ ਜਾਂ ਕੇਬਲ ਤੇ? ਟੀਵੀ ਤੇ ਦੇਖ ਰਹੇ ਹਾਂ। ਟੀਵੀ ਤੇ ਦੇਖ ਰਹੇ ਹੋ? ਇਹ ਸਾਡਾ ਸਾਰੇ ਡਿਸ਼ਾਂ ਤੇ ਵੀ ਆਉਂਦਾ ਹੈ, ਤੁਹਾਡੇ ਕੋਈ ਵੀ ਰਿਲੇਟਿਵ ਹੈ ਹਰੇਕ ਨੂੰ ਤੁਸੀਂ ਦੱਸ ਸਕਦੇ ਹੋ, ਚੜ੍ਹਦੀ ਕਲਾ ਟਾਈਮ ਟੀਵੀ ਤੇ ਆ ਰਿਹਾ। ਹਾਂਜੀ, ਕੀ ਪੁੱਛਣਾ ਜੀ? ਲੜਕੀ ਦੇ ਬਾਹਰ ਜਾਣ ਬਾਰੇ। ਇਹ ਢਿੱਲੀ ਚੱਲਦੀ ਹੈ ਕਿ ਕੱਪੜੇ ਢਿੱਲੇ ਪਾਉਂਦੀ ਹੈ? ਹਾਂ, ਢਿੱਲੇ ਚੱਲਦੀ ਵੀ ਹੈ ਤੇ ਕੱਪੜੇ ਵੀ ਬਸ ਠੀਕ ਹੀ। ਹੁਣ ਕੀ ਕਰ ਕੀ ਰਹੀ ਹੈ? ਹੁਣ ਆਈਲੈਟ ਤਿਆਰੀ ਕਰ ਰਹੀ ਹੈ। ਇੱਕ ਗੱਲ ਦੱਸਾਂ ਜੀ। ਹਾਂਜੀ। ਕਿੰਨਵੀਂ ਚ ਹੈਗੀ ਹੈ? ਨਹੀਂ। ਕਿੰਨੀਆਂ ਕਲਾਸਾਂ ਕੀਤੀਆਂ ਨੇ, ਕੀ ਪੜ੍ਹੀ ਹੈ? ਪਲੱਸ 2। ਪਲੱਸ 2 ਕਦੋਂ ਕੀਤੀ ਸੀ ਇਹਨੇ? 4-5 ਸਾਲ ਹੋ ਗਏ। 4-5 ਸਾਲ ਹੋ ਗਏ ਤੇ ਗੈਪ ਕਿੰਨਾ ਹੋ ਗਿਆ? ਵਿੱਚੋਂ ਕੋਰਸ ਕੀਤਾ ਕੋਈ ਕਿ ਨਹੀਂ? ਹਾਂ, ਕੋਰਸ ਕੀਤਾ GNM ਦਾ। ਠੀਕ ਹੈ, ਬਾਹਰ ਜਾਊਗੀ ਅਗਲੇ ਸਾਲ ਚ? ਅਗਲੇ ਸਾਲ। ਹਾਂ, ਇਹਨੂੰ ਕਹਿਣਾ ਝੂਠ ਨਹੀਂ ਬੋਲਣਾ। ਹਾਂਜੀ, ਠੀਕ ਹੋ ਗਿਆ ਜੀ, ਇਹਦੀ ਤਿਆਰੀ ਕਰਾਓ। ਠੀਕ ਹੈ ਜੀ, ਕਿਉਂਕਿ ਹੁਣ ਇਹਦਾ ਟਾਈਮ ਠੀਕ ਹੈ, ਪਿਛਲੇ 8ਵੇਂ ਮਹੀਨੇ ਤੋਂ ਪਹਿਲੇ ਜ਼ਿਆਦਾ ਵਧੀਆ ਨਹੀਂ ਸੀਗੀ। ਅਗਲੇ ਮਹੀਨੇ ਤੋਂ ਜ਼ਿਆਦਾ ਵਧੀਆ? ਪਿਛਲੇ ਸਾਲ ਦੇ 8ਵੇਂ ਮਹੀਨੇ ਤੋਂ ਪਹਿਲੇ ਇਹਦੀ ਸਿਹਤ ਵਧੀਆ ਨਹੀਂ ਸੀਗੀ। ਹਾਂਜੀ ਹਾਂਜੀ, ਹਰ ਪਾਸਿਓਂ ਹੀ ਮਾੜਾ ਹੀ ਕੰਮ ਹੋ ਰਿਹਾ ਸੀ ਇਹਦੇ ਹੱਥੋਂ। ਹਾਂਜੀ, ਨੁਕਸਾਨ, ਸਿਹਤ ਖਰਾਬ, ਕੰਮ ਦੀਆਂ ਤਕਲੀਫਾਂ, ਸਭ ਕੁਝ ਸੀ ਇਹਦੇ ਕੋਲੇ। ਹੁਣ ਠੀਕ ਹੈ ਟਾਈਮ, ਤਿਆਰੀ ਇਹਦੀ ਕਰਾਓ ਤੇ ਇੱਕ ਵਾਰੀ ਮਈ ਦੇ ਵਿੱਚ ਮੈਨੂੰ ਮੇਲ ਜ਼ਰੂਰ ਲਈਓ। ਅਗਲੇ ਮਹੀਨੇ ਮਈ? ਹਾਂ, ਬਾਹਰ ਚਲੇ ਜਾਊਗੀ ਬੱਚੀ। ਜੈ ਸ਼੍ਰੀ ਰਾਮ। ਹੈਲੋ, ਘਰਦਿਆਂ ਬਾਰੇ ਪੁੱਛਣਾ ਜੀ। ਡੇਟ ਆਫ ਟਾਈਮ? ਡੇਟ ਆਫ ਟਾਈਮ 15/4/1987। ਜਨਮ ਦਾ ਟਾਈਮ ਭਰਾ ਜੀ? ਇਹ ਦਿਨ ਦਾ ਜੀ, 2 ਵਜੇ ਦਾ। ਹਾਂਜੀ, ਕੀ ਪੁੱਛਣਾ ਜੀ? ਇੱਕ ਤਾਂ ਜੀ ਇਹ ਥੋੜੇ ਢਿੱਲੇ ਰਹਿੰਦੇ ਆ, ਇੱਕ ਸਾਰੀ ਦਿਹਾੜੀ ਕੁਛ ਨਹੀਂ ਰਹਿੰਦੀ ਘਰਾਂ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਇਹ ਆਪਣੇ ਮੋਰਿੰਡੇ ਤੋਂ ਬੋਲਦੇ ਆ ਜੀ। ਤੁਹਾਡੇ ਕੀ ਲੱਗਦੇ ਆ? ਮੇਰੇ ਘਰਦੇ ਨੇ ਜੀ। ਇਹ ਢਿੱਲੇ 2014 ਤੋਂ ਚੱਲਦੇ ਪਏ ਆ? ਇਹ ਢਿੱਲੇ ਹੀ ਰਹਿੰਦੇ। ਹਾਂਜੀ, ਦਹੀਂ ਮਲ ਕੇ ਨਹਾਉਣਾ ਕਦੇ ਕਦੇ। ਠੀਕ ਹੈ ਜੀ। ਰੋਟੀ ਰਸੋਈ ਚ ਖਾਣੀ ਹੈ। ਠੀਕ ਹੈ ਜੀ। ਨਮਕ ਵਾਰ ਕੇ ਪਾਣੀ ਥੱਲੇ ਛੱਡਣਾ, ਨੰਗੇ ਪੈਰ ਨਹੀਂ ਫਿਰਨਾ। ਨਮਕ ਵਾਰ ਕੇ ਕਿਆ ਕਰਨਾ ਜੀ? ਪਾਣੀ ਥੱਲੇ ਛੱਡਣਾ ਘਰੇ ਹੀ। ਨਮਕ ਵਾਰ ਕੇ ਕਿੰਨੀ ਵਾਰੀ ਜੀ? 2 ਵਾਰੀ? 7 ਵਾਰੀ। 7 ਵਾਰੀ। ਜੈ ਸ਼੍ਰੀ ਰਾਮ। ਜਿੰਨੇ ਪੈਂਤਰਾ ਸਾਡਾ ਪ੍ਰੋਗਰਾਮ ਸੁਣ ਰਹੇ ਆ, ਦੇਖ ਰਹੇ ਆ, ਮਿਲਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ, ਅਪਾਇੰਟਮੈਂਟ ਦੀ ਕੋਈ ਲੋੜ ਨਹੀਂ ਹੁੰਦੀ। ਦਿੱਲੀ ਜਿਨ੍ਹਾਂ ਨੇ ਸਾਨੂੰ ਮਿਲਣਾ, ਦਿਨ ਦੇ ਟਾਈਮ ਆਪਦੇ ਫੋਨ ਨੰਬਰ ਲਿਖਾ ਦਿਆ ਕਰਨ ਸਾਨੂੰ, ਉਹਨਾਂ ਨੂੰ ਅਸੀਂ ਆਉਣ ਤੋਂ ਪਹਿਲੇ ਦੱਸਾਂਗੇ। ਅੱਜ ਸਾਡਾ ਪ੍ਰੋਗਰਾਮ ਸਮਾਪਤ ਹੋ ਰਿਹਾ, ਕੱਲ੍ਹ ਐਸੇ ਚੈਨਲ 'ਤੇ ਫਿਰ ਮਿਲਾਂਗੇ। ਅੱਜ ਸਾਨੂੰ ਦੋ ਇਜਾਜ਼ਤ। ਜੈ ਸ਼੍ਰੀ ਰਾਮ।